सत श्री अकाल दोस्तों, स्वागत है जी थोड़ा अपने यूट्यूब चैनल एग्जाम जॉब हब दे विच। ते दोस्तों इस वीडियो दे विच गल करांगे पीटर प्लस बी बारे। ते इत्थे तुसी पीटर प्लस बी दी जदों ऑफिशियल वैबसाइट के उत्ते आओगे तो तुसी इत्थे देखोगे कि रिजल्ट सैक्शन दे विच इत्थे जो दो रिजल्ट जारी किए गए हैं ते नाल इन्हां दी फाइनल आंसर की इत्थे आउट हो चुकी है। ते दोस्तों किहड़े किहड़े एग्जाम दे रिजल्ट ते फाइनल आंसर की आ चुकी है ते इत्थे तुसी सब तो पहले थले देखना है। स्क्रोल करके इत्थे तुसी नोटिस देख सकते हो कि क्लिक है टू व्यू फाइनल की OMR बेस्ड रिटर्न एग्जामीनेशन हैल्ड 11/12/2022 यानी कि 11 दिसंबर 2022 नू जो एग्जाम होया सी पोस्ट ऑफ जूनियर ड्राफ्टमैन सिविल दा। इत्थे तुसी उसकी जो तुसी देख सकते हो फाइनल आंसर की इत्थे तुसी फाइनल आंसर की देख सकते हो। ਜਿਹੜੇ ਕੈਂਡੀਡੇਟ ਨੇ ਮਕੈਨੀਕਲ ਅਤੇ ਇਲੈਕਟ੍ਰੀਕਲ ਟ੍ਰੇਡ ਦੇ ਵਿੱਚ ਫਾਰਮ ਨੂੰ ਭਰਿਆ ਸੀ ਉਦੋਂ ਇਸ 'ਤੇ ਦੇਖ ਸਕਦੇ ਹਨ। ਉਸ ਤੋਂ ਬਾਅਦ ਇੱਥੇ ਤੁਸੀਂ ਜੋ ਸਿਵਲ ਵਾਲੇ ਕੈਂਡੀਡੇਟ ਹਨ ਅਤੇ ਇਹ ਫਾਈਨਲ ਆਂਸਰ ਕੀ ਨੂੰ ਦੇਖ ਸਕਦੇ ਹਨ। ਅਤੇ ਉਸ ਤੋਂ ਬਾਅਦ ਇੱਥੇ ਤੁਸੀਂ ਉੱਤੇ ਸਕਰੋਲ ਕਰਨਾ ਹੈ। ਇੱਥੇ ਤੁਸੀਂ ਸੈਕਿੰਡ ਨੰਬਰ 'ਤੇ ਦੇਖਣਾ ਹੈ ਕਲਿੱਕ ਟੂ ਵਿਊ ਫਾਈਨਲ ਆਂਸਰ ਕੀ। ਇੱਥੇ ਫਾਈਨਲ ਆਂਸਰ ਕੀ ਕਿਹੜੀ ਪੋਸਟ ਵਾਸਤੇ ਹੈ? ਜੂਨੀਅਰ ਡਰਾਫਟਮੈਨ ਮਕੈਨੀਕਲ ਔਰ ਇਲੈਕਟ੍ਰੀਕਲ ਦੇ ਲਈ। ਅਤੇ ਦੋਸਤੋ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਨੇ ਜੂਨੀਅਰ ਡਰਾਫਟਮੈਨ ਮਕੈਨੀਕਲ ਔਰ ਇਲੈਕਟ੍ਰੀਕਲ ਅਤੇ ਸਿਵਲ ਦਾ ਜੋ ਫਾਰਮ ਭਰਿਆ ਸੀ ਉਹਨਾਂ ਦੀ ਫਾਈਨਲ ਆਂਸਰ ਕੀ ਇੱਥੇ ਆਊਟ ਹੋ ਚੁੱਕੀ ਹੈ। ਅਤੇ ਇਹਨਾਂ ਦੋਨਾਂ ਦੇ ਤੁਸੀਂ ਜੋ ਰਿਜ਼ਲਟ ਦੇਖ ਸਕਦੇ ਹੋ ਰਿਟਰਨ ਐਗਜ਼ਾਮੀਨੇਸ਼ਨ ਦੇ ਰਿਜ਼ਲਟ ਵੀ ਇੱਥੇ ਜਾਰੀ ਕਰ ਦਿੱਤੇ ਗਏ ਹਨ। ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਜੋ ਫਾਈਨਲ ਆਂਸਰ ਕੀਤੇ ਰਿਜ਼ਲਟ ਨੂੰ ਦੇਖਣਾ ਹੈ ਅਤੇ ਅਸੀਂ ਸਿਰਫ ਇੱਥੇ ਰਿਜ਼ਲਟ ਬਾਰੇ ਗੱਲ ਕਰਾਂਗੇ ਕਿ ਤੁਸੀਂ ਰਿਜ਼ਲਟ ਨੂੰ ਕਿਵੇਂ ਦੇਖ ਸਕਦੇ ਹੋ। ਇੱਥੇ ਸਭ ਤੋਂ ਪਹਿਲਾਂ ਅਸੀਂ ਜੋ ਡਾਊਨਲੋਡ ਕਰਾਂਗੇ ਮਕੈਨੀਕਲ ਅਤੇ ਇਲੈਕਟ੍ਰੀਕਲ ਟ੍ਰੇਡ ਵਾਸਤੇ ਜਿਨ੍ਹਾਂ ਨੇ ਫਾਰਮ ਨੂੰ ਭਰਿਆ ਸੀ ਜੂਨੀਅਰ ਡਰਾਫਟਮੈਨ ਦਾ, ਉੱਥੇ ਇਹ ਰਿਜ਼ਲਟ ਨੂੰ ਅਸੀਂ ਡਾਊਨਲੋਡ ਕਰਦੇ ਹਾਂ। ਅਤੇ ਦੋਸਤੋ ਇੱਥੇ PDF ਜੋ ਡਾਊਨਲੋਡ ਹੋ ਚੁੱਕੀ ਹੈ। ਅਤੇ ਸਭ ਤੋਂ ਪਹਿਲਾਂ ਤੁਸੀਂ ਉੱਤੇ ਜੋ ਦੇਖਣਾ ਹੈ ਜੂਨੀਅਰ ਡਰਾਫਟਮੈਨ ਜੋ ਪੋਸਟ ਹੈ ਮਕੈਨੀਕਲ ਅਤੇ ਇਲੈਕਟ੍ਰੀਕਲ ਅਤੇ ਐਗਜ਼ਾਮ ਹੋਇਆ ਸੀ 11 ਦਸੰਬਰ 2022 ਨੂੰ। ਇੱਥੇ ਜਿਨ੍ਹਾਂ ਕੈਂਡੀਡੇਟ ਨੇ ਐਗਜ਼ਾਮ ਦਿੱਤਾ ਸੀ ਉਹ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ, ਇੱਥੇ ਨੰਬਰ ਦੇਖ ਸਕਦੇ ਹਨ ਅਤੇ ਨਾਲ ਤੁਸੀਂ ਟ੍ਰੇਡ ਦੇਖ ਸਕਦੇ ਹੋ ਕਿ ਕਿਹੜੀ ਟ੍ਰੇਡ ਦੇ ਵਿੱਚ ਤੁਸੀਂ ਭਰੇ ਸੀ। ਮਕੈਨੀਕਲ ਜਾਂ ਇਲੈਕਟ੍ਰੀਕਲ ਦੇ ਵਿੱਚ ਇੱਥੇ ਇਹਨਾਂ ਨੇ ਕੋਡ ਦੱਸਿਆ ਹੈ। ਕੈਂਡੀਡੇਟ ਮੇਲ ਜਾਂ ਫੀਮੇਲ ਹੋ, ਡੇਟ ਆਫ ਬਰਥ ਦੱਸੀ ਹੈ, ਕੈਂਡੀਡੇਟ ਨੇਮ, ਫਾਦਰ ਨੇਮ ਅਤੇ ਐਪਲੀਕੇਸ਼ਨ ਨੰਬਰ, ਰੋਲ ਨੰਬਰ ਇੱਥੇ ਦੇਖ ਸਕਦੇ ਹੋ। ਅਤੇ ਦੋਸਤੋ ਇਸ PDF ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਵੀ ਮਿਲ ਜਾਵੇਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਇਸ ਨੂੰ ਚੈੱਕਆਊਟ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਗੱਲ ਕਰਦੇ ਹਾਂ ਜੂਨੀਅਰ ਡਰਾਫਟਮੈਨ ਜੋ ਸਿਵਲ ਪੋਸਟ ਦੇ ਲਈ ਸੀ, ਅਤੇ ਇਹਨਾਂ ਦਾ ਵੀ ਜੋ ਇੱਥੇ ਰਿਜ਼ਲਟ ਜਾਰੀ ਹੋ ਚੁੱਕਿਆ ਹੈ। ਅਤੇ ਚੱਲਦੇ ਹਾਂ ਇਸ ਜੋ PDF ਨੂੰ ਡਾਊਨਲੋਡ ਕਰਦੇ ਹਾਂ। ਅਤੇ ਦੋਸਤੋ ਇਹ ਵੀ ਜੋ PDF ਹੈ ਡਾਊਨਲੋਡ ਹੋ ਚੁੱਕੀ ਹੈ। ਅਤੇ ਰੋਲ ਨੰਬਰ ਵਾਈਜ਼ ਰਿਜ਼ਲਟ ਆਫ ਐਗਜ਼ਾਮੀਨੇਸ਼ਨ ਹੈਲਡ ਫੋਰ ਦੀ ਪੋਸਟ ਆਫ ਜੂਨੀਅਰ ਡਰਾਫਟਮੈਨ ਸਿਵਲ ਪੋਸਟ ਦੇ ਲਈ, ਅਤੇ ਇਸ ਦਾ ਐਗਜ਼ਾਮ ਵੀ 11 ਦਸੰਬਰ ਨੂੰ ਹੋਇਆ ਸੀ। ਇੱਥੇ ਤੁਸੀਂ ਦੋਸਤੋ ਦੇਖ ਸਕਦੇ ਹੋ ਕੈਂਡੀਡੇਟ ਨੇਮ, ਫਾਦਰ ਨੇਮ, ਡੇਟ ਆਫ ਬਰਥ, ਜੈਂਡਰ, ਮਾਰਕਸ 118 ਦੇ ਵਿੱਚੋਂ ਅਤੇ 120 ਦੇ ਵਿੱਚੋਂ। ਇਹ ਇੱਥੇ 118 ਦੇ ਵਿੱਚੋਂ ਇਸ ਕਰਕੇ ਇੱਥੇ ਦੱਸੇ ਹੋਣਗੇ ਕਿਉਂਕਿ ਇਸ ਦੇ ਲਈ ਦੋ ਨੰਬਰਾਂ ਦਾ ਜੋ ਕੁਐਸਚਨ ਸੀ ਉਹ ਗਲਤ ਹੋਵੇਗਾ, ਉਸਦਾ ਕੋਈ ਆਂਸਰ ਨਹੀਂ ਹੋਵੇਗਾ। ਇਸ ਲਈ ਜੋ 118 ਦੇ ਵਿੱਚੋਂ ਇੱਥੇ ਨੰਬਰ ਦੱਸੇ ਹਨ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ 120 ਦੇ ਵਿੱਚ ਤੁਹਾਡੇ ਇੰਨੇ ਨੰਬਰ ਆਏ ਹਨ। ਅਤੇ ਇਸ ਤਰ੍ਹਾਂ ਤੁਸੀਂ ਇਸਦੀ ਜੋ ਰਿਜ਼ਲਟ ਨੂੰ ਦੇਖ ਸਕਦੇ ਹੋ, ਫਾਈਨਲ ਆਂਸਰ ਕੀ ਨੂੰ ਦੇਖ ਸਕਦੇ ਹੋ ਇਹਨਾਂ ਪੋਸਟਾਂ ਵਾਸਤੇ। ਅਤੇ ਦੋਸਤੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਪਲੀਜ਼ ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ। ਜੈ ਹਿੰਦ, ਜੈ ਭਾਰਤ।